मेरी गल सुन ला ओए कहंदे दा जमै देली दी बैठी है कानू मेरा थलिया मारी जी हिम्मत मारी जी अकला है अकला 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 ही पई अकला राहुल राहुल की राहुल पांच दस दिन राहुल रख दे मेरा तू तो ना कहा कर इना सोना ना गा ना मेनू आया दस भी तू मूह सरजा कहा तेन मूह नंगा कर सपनी देख लूगी यार कड़ी सपनी ਹੋਰ ਕੀ ਹੋ ਗਿਆ ਮੈਂ ਉਧਰ 12 ਘਣੀ ਜਾ ਕੇ ਆਉਣਾਗਾ ਪਾਣੀ ਹੈਗਾ ਉਧਰ ਪਾਣੀ ਹੈਗਾ ਸਿੱਧਾ ਹੋ ਕੇ ਤੁਰੀ ਨਾਲੇ ਸਿੱਧਾ ਸੁੱਧਾ ਨਹੀਂ ਮੇਰੀਆਂ ਪੈੜਾ ਪਸਾਣ ਲੂਗੀ ਉਹ ਪਤਾ ਨਹੀਂ ਇਹਨਾਂ ਤਾਂ ਕੀ ਹੋਇਆਗਾ ਵੇ ਮੁੰਡਾ ਕੁਛ ਖਾਈ ਪੀ ਤਾਂ ਨਹੀਂ ਫਿਰਦਾ ਪੁੱਠੀ ਸਿੱਧੀ ਚੀਜ਼ ਨਾ ਸਿੱਧਾ ਹੋ ਕੇ ਦਾਰਾ ਰਾਹੁਲ ਕਹਿ ਲਿਆ ਕਰ ਮੈਨੂੰ ਕੋਈ ਨਹੀਂ ਕੱਲ ਤੈਨੂੰ ਰਾਹਲ ਨਹੀਂ ਉਹ ਹੀ ਮੁੰਡਾ ਕਹਿ ਲਿਆ ਕਰ ਨਹੀਂ ਰਾਹੁਲ ਤੂੰ ਤਾਂ ਨਾ ਕਹਿ ਜੇ 5-7 ਦਿਨ ਆਪ ਹੀ ਕਹੀ ਜਾਣਾ ਚੰਗੋ ਚੱਪ ਕਰ ਜਾ ਫਿਰ ਹਾਏ ਸਿੱਧਾ ਹੋ ਕੇ ਦਾਰਾ ਟੱਟੀ ਸਿੱਧਾ ਬੜੀ ਕਿ ਤੂੰ ਹੀ ਉੱਥੇ ਵੀ ਮੂੰਹ ਸਰ ਲਵੇੜ ਲੈ ਆਪਦਾ ਆਹ ਤਾਂ ਮੇਰੇ ਜਵਾਕਾਂ ਨੂੰ ਨਾ ਇਹਨਾਂ ਨੇ ਇਹਨਾਂ ਦੇ ਟੱਬਰ ਨੇ ਖਰਾਬ ਕੀਤਾ ਮੇਰਾ ਮੁੰਡਾ ਤਾਂ ਇੰਨਾ ਸਿਆਣਾ ਸੀ ਨਾ ਬਾਹਲਾ ਵਧੀਆ ਦਿਮਾਗ ਹੁੰਦਾ ਸੀ ਇਹਦਾ ਤਾਂ ਹਾਏ ਹੋਏ ਤੂੰ ਤੇ ਆ ਸੱਚ ਹਾਏ ਉਹ ਰਾਹੁਲਾ ਕਿਤੇ ਬਿੱਠਦੀ ਨਾ ਮਾਰੇ ਡੰਗ ਆਪਾਂ ਤਾਂ 12 ਕਿ ਨਹੀਂ ਜਾਂਦੇ ਭੈਣ ਮਰਾਵੇ 2-4 ਦਿਨ ਆਈ ਰੱਖ ਲਾਂਗੇ ਆਪਾਂ ਤਾਂ ਬਈ ਕੇਲੇ ਖਾ ਕੇ ਗੁਜ਼ਾਰਾ ਕਰ ਲਾਂਗੇ ਕਬਜ਼ੀ ਹੋ ਗਈ ਵਧੀਆ 7-8 ਦਿਨ ਜਾਂਦੇ ਨੇ ਉਦਨ ਭੁੱਲ ਜੂਗੀ ਸੱਪਣੀ ਮੈਂ ਤਾਂ ਰਾਹੁਲਾ ਤੂੰ ਤਾਂ ਵੀ ਆਪ ਕਹਿਣਾ ਬੰਦ ਕਰਦਾ ਹਾਏ ਆਪਾਂ ਨਹੀਂ ਜਾਂਦੇ ਬਾਈ ਵੀਰੇ ਬਹਿ ਜਾਗਾ ਤੂੰ ਹੋਏ ਕਿਹੜੇ ਦੇ ਕਰਦਾ ਫਰੀ ਜਨਾ ਹੈ ਬਹਿ ਜਾਗਾ ਤੂੰ ਵੀ ਮਹਾ ਮੈਂ ਕਿੱਥੋਂ ਬਹਿ ਜਾ ਆ ਕੰਜਰ ਦਾੜੇ ਬੈਠਣ ਜੋਗਾ ਸੱਦੇ ਹੀ ਨਹੀਂ ਹੈ ਕਾਂਡ ਕਰਦਾ ਤੂੰ ਉਹ ਤਲੇ ਪੈ ਜਾਂਦੇ ਨੇ ਵੀਰੇ ਨੂੰ ਬਰਾ ਸੜਾ ਨੂੰ ਸੇੜ ਕੇ ਆਪਦਾ ਬਹੁਤ ਬੀਟ ਉਹਨਾਂ ਨੇ ਮੈਨੂੰ ਮੁੱਦਾ ਪਾਲਿਆ ਬਾਈ ਹੈ ਮੇਰੇ ਸਾਲਾਂ ਨੇ ਕੰਬਲ ਕੁੱਟ ਕਰੀ ਉਹ ਮਾਇਆ ਮੇਰੇ ਸਾਲ ਦੀ ਐ ਐ ਬੁੜਕ ਬੁੜਕ ਮੁੱਕੀਆਂ ਮਾਰੇ ਮੇਰੀ ਢੂਹੀ ਚ ਸਾਰੇ ਕੱਪੜੇ ਪਾੜਦੇ ਕੰਬਲ ਪਾੜਤਾ ਮਤਲਬ ਹੁਣ ਕੱਢ ਕੇ ਲਿਆ ਕਾਲੇ ਦੇ ਵਿਆਹ ਵੇਲੇ ਸਮਾਏ ਦੇ ਮੈਨੂੰ ਤਾਂ ਐ ਤੀ ਮਹਾ ਭਾਈ ਚੱਲ ਸਾਰਾ ਸਿਆਲ ਲੰਘ ਜੂ ਵਧੀਆ ਕੱਪੜਿਆਂ ਨਾਲ ਲੀਰੋ ਲੀਰ ਕਰਤੇ ਚੱਲ ਕੋਈ ਨਾ ਕਾਹਨੂੰ ਕੋਈ ਨਾ ਤੂੰ ਨਾ ਟਲਿਆ ਮੇਰਾ ਸਾਲਾ ਤੂੰ ਨਾ ਟਲਿਆ ਕਾਂਡ ਕਰਨ ਭੁਗਤਣੇ ਮੈਨੂੰ ਪੈਂਦੇ ਨੇ ਸਮਾਨ ਮੈਂ ਕਿਹਾ ਬਹੁਤ ਵਧੀਆ ਹੈ ਨਾ ਭੈਣ ਦਾ ਦੇਖ ਲੈ ਕਬਜ਼ੀ ਕਰਤੀ ਸਮਾਨ ਨੇ ਕੌੜ ਤੁੰਬੇ ਦੀ ਫੱਕੀ ਖਾਣੀ ਪੂ ਹੁਣ ਗੜੀ ਦਾ ਨਹੀਂ ਖਾਣੇ ਬਿਨਾ ਭਰਾ ਸਾਹ ਇੰਨੇ ਨਾ ਖਾਜੂ ਹੁਣ ਲਾਈ ਜਾਂਦਾ ਜੋਰ ਉਹ ਇਹਨਾਂ ਨਸਾਂ ਪਾੜ ਜਾਣ ਬੜਾ ਜ਼ੋਰ ਨਾਲ ਲਾ 20 ਵਾਰ ਕਹਿ ਘੱਟ ਖਾ ਲਿਆ ਕਰ ਘੱਟ ਚੌਸਰਿਆ ਕਰ ਟੈਲੀਫੋਨ ਮੱਜੀ ਜਾਂਦਾ ਇਹ ਕੱਢੀ ਕੀ ਲੈ ਗਿਆ ਆਪੇ ਦੇਖ ਲੈ ਟੁੱਟੇ ਨੇ ਔਰ ਕੰਜਦਾ ਮੇਰੇ ਦੂਜੇ ਹੱਥ ਨੇ ਆ ਜਾ ਤੇ ਦਾ ਇਹਦਾ ਤੋਤਾ ਵੀ ਨਹੀਂ ਇੱਦਾਂ ਫੋਨ खड़ जा हुणा आपई ओ मेरे कान ते लावे है मेरे ते ला ला हेलो हां जी किथे हो केड़ी है तू सर भी बोल रही हां पर आमू कर वे जवाका दा फोन है के मेरे को जरूरी गल करनी होती है पर नहीं कर लामू ला हां नहीं बोला की दसा हुन तन्नू किथे आ मैं रे पारे के रे रे पौने के इत्ता जगह मैं दा जंगल पानी बैठा बाहर बाहर आ दस के मैं करदी फोन ਬਾਚੜੀ ਚੋਦੀਏ ਕੀ ਕਰੇਗੀ ਆ ਕਿ ਤੂੰ ਹੈ
ਬੰਦੇ ਨੂੰ ਬੰਦਾ ਨਹੀਂ ਦਿੰਦਾ ਹੈਗਾ, ਧੁੰਦ ਪਈ ਜਾਂਦੀ ਹੈ। ਰਹਿ ਗਿਆ ਪੰਜ ਚਾਰ ਦਿਨ ਇੱਥੇ ਤੂੰ, ਧੁੱਪ ਜੀ ਨਿਕਲੀ ਤੂੰ ਆ ਜੀ। ਓਏ ਆਪ ਹੀ ਅਸੀਂ ਜੁਗਾੜ ਕਰ ਲਾਂਗੇ, ਇੱਥੇ ਧੁੰਦ ਬਹੁਤ ਪੈਂਦੀ ਹੈ, ਹਜ਼ਾਰਾਂ ਤੁਰੀ ਕੱਟ ਦੇ ਓਏ, ਕੱਟ ਦੇ ਕੱਟ ਦੇ। ਲੈ ਕੰਜਰ ਦੇ ਤਾਂ ਫੋਨ 'ਚ ਹੀ ਜ਼ੋਰ ਲਾਈ ਜਾਂਦਾ ਵੀ ਤੂੰ ਪਹਿਲਾਂ ਗੱਲ ਕਰ ਲਾ, ਹੈਂ ਭਾਏ ਦੀ ਹੜਬਾਹ ਠਾਲਦੀ ਕੰਜਰ ਦੇ ਨੇ। ਆ ਜਾ ਹੁਣ, ਚੱਲ ਮੇਰਾ ਵੀਰ ਆ ਜਾ, ਆ ਜਾ ਮੇਰਾ ਵੀਰ ਚੱਲੀਏ। ਵੀਰੇ ਓਏ ਆ ਓਏ ਹੋ ਜਾਂਦੀ ਆਪਾਂ ਜੀਓ ਕੱਲ ਵਾਲੀ ਕਿਹੜੀ ਹੈ ਬਿੱਲੀ ਅੱਖ ਵਾਲੀ ਓਏ। ਆ ਮੇਰਾ ਸਾਲਾ ਹੁਣ ਤਾਂ ਕਹਿੰਦਾ ਤੀ ਬੰਦੇ ਨੂੰ ਬੰਦਾ ਨਹੀਂ ਦਿੰਦਾ, ਉਹ 5 ਕਿੱਲਿਆਂ ਦੀ ਬਾਹੀ ਤਾਂ ਤੈਨੂੰ ਜਨਾਨੀ ਦੀ ਗਈ ਹੈ। ਮੈਂ ਕੰਜਰ ਦੇ ਐ ਕਹਿਦੀ ਬੰਦੇ ਨੂੰ ਬੰਦਾ ਨਹੀਂ ਦਿੰਦਾ, ਐ ਨਹੀਂ ਕਹਿਦੀ ਬੰਦੇ ਨੂੰ ਤੀਮੀ ਨਹੀਂ ਦਿੰਦੀ ਹੈਗੀ, ਤੀਮੀ ਤਾਂ ਮੈਨੂੰ 20 ਕਿੱਲੋ ਦੀ ਜਾਂਦੀ ਹੈ। ਈਮੀ ਤਾਂ ਤੈਨੂੰ ਦੀ ਜਾਂਦੀ ਆ ਕੰਜਰ ਦਾ ਪਤਾ ਮੈਨੂੰ, ਸੋਧਰ ਜਾ ਤੂੰ, ਸੋਧਰ ਜਾ ਮੇਰਾ ਵੀਰ, ਸੋਧਰ ਜਾ। ਤੇਰੇ ਤੇਰੀ ਕੀ ਸੁਣਦਾ ਪਾਇਆ, ਤੇਰੇ ਇੰਨਾ ਲੱਛਣ ਨੇ ਕੱਲ ਮੇਰੀ ਕੰਬਲ ਕੁੱਟ ਕਰਾਤੀ, ਸਾਰਿਆਂ ਨੇ ਹੱਥ ਪੋਲਾ ਕਰ ਲਿਆ ਮੇਰੇ ਤੇ। ਸੁਣ ਤੇਰੀ ਗੱਲ, ਭੱਜੀ ਜਾਂਦੀ ਆ ਕੰਜਰ ਦਾ, ਕੋਈ ਮੁਸੀਬਤ ਪੈ ਗਈ ਮਲਾ ਤੇ, ਛੇੜਿਆ ਹੀ ਹੋਣੀ ਕਿਸੇ ਨੂੰ, ਬੰਦਾ ਛੇੜਤਾ ਹੋਣਾ ਕੋਈ, ਜਨਾਨੀ ਪਿੱਛੇ ਪੈ ਗਈ ਹੋਣੀ ਬੰਦੇ ਦੀ, ਟਾਈਮ ਆ ਭੱਜੀ ਜਾਂਦੀ ਆ ਕੋਈ, ਬਿੱਲੀ ਅੱਖ ਵਾਲੀ ਆ ਤੈਨੂੰ ਦੱਸਾਂ ਮੈਂ, ਬਚ ਕੇ ਭਾਗੂਆ ਬਚ ਕੇ। ਤੂੰ ਐ ਕਰ, ਤੂੰ ਆਪਦੇ ਯਾਰ ਮਿੱਤਰ ਬੁਲਾ, 5-4 ਮੈਨੂੰ ਲੱਗਦਾ ਗੜਬੜ ਹੋ ਗਈ ਪਿੰਡ 'ਚ, ਮੁਸੀਬਤ ਪੈ ਗਈ ਕੁੜੀ ਤੇ। ਬੈਂਗਣ ਭਾਏ ਉਹਦੀ ਮਰਾ ਗਿਆ ਸਾਰੀ ਜ਼ਿੰਦਗੀ, ਜਮਾਂ ਤਾਂ 1000 ਖੱਟਾ ਉਸੇ ਨਾਲ ਫਰਦਾ, ਬੁੜੀ ਉਮਰ ਇਹ ਵੀ ਹੈ, ਤੇਰੇ ਨਾਲ ਹੀ ਮਰ ਜੂ ਕੰਜਰ ਦੇ, ਕਿਹੜੇ ਨੇ ਮੇਰੇ ਯਾਰੇ ਮਰੀ ਜਾਂਦਾ, ਨਾਲੇ ਬਹਿ ਜਾ ਟਿੱਕੇ ਬਾਈ, ਜਨਾਨੀ ਆ ਤੈਨੂੰ ਮੈਂ ਪਹਿਲਾਂ ਵੀ ਸਮਝਾਇਆ, ਸਤਰੌਲ ਮੇਰੀ ਹੋ ਗਈ, ਫੇਰ ਭੈਣ ਦਾ ਯਾਰ ਦਾ ਮੈਨੂੰ ਭੁਗਤਣਾ ਪਊਗਾ, ਮੈਂ ਨਹੀਂ ਤੈਨੂੰ ਕਿਤੇ ਜਾਣ ਦਿੰਦਾ, ਚੁੱਪ ਕਰਕੇ ਘਰ ਨੂੰ ਭੈਣ ਮਾਰ ਖੜ ਕੇ ਵੀ ਦੇਖ, ਹੱਥ ਨਿਕਲ ਜੂ ਉੱਥੋਂ ਕੰਜਰ ਦੇ, ਭੈਣ ਦੀ ਮਰਾ ਗਿਆ ਕਿਤੇ ਨਹੀਂ ਜਾਣਾ, ਮੇਰੀ ਸੁਣ ਲਾ ਗੱਲ ਭਾਗੂਆ, ਮਾਵੇ ਮੈਂ ਵੀ ਫਿਰ ਆਪਣੀ ਲੜਾਈ ਹੋ ਜੂਗਾ ਸਾਡਾ, ਭੈਣ ਦਾ ਆ ਜਾ ਮੇਰਾ, ਭੈਣ ਦੀ ਮਰਾ ਗਿਆ, ਭੈਣ ਮਰਾ ਵੇ ਗੋਹੇ ਪਾਣੀ ਵਾਲਾ, ਆ ਜਾ ਮੇਰਾ ਵੀਰ, ਆ ਜਾ ਕੰਜਰ ਦਾ ਬੱਟਾ ਤੇ ਭਜਾਉਣਾ। ਨਿਕੁੜ ਗਏ ਕੀ ਕਹਿੰਦੇ ਹੋ ਭਲਾ ਦੀ? ਮਾਸੀ ਕਹਿਣਾ ਕੀ ਆ, ਮਿੰਟਾਂ ਕੀਤੀਆਂ ਜੱਸੇ ਨੇ, ਹਾਂ ਮੈਂ ਅਲੱਗ ਪੈਰੀ ਹੱਥ ਲਾਏ, ਹਾਏ ਮੈਂ ਮਰ ਤਾਂ ਕਿਤੇ ਜਾ ਕੇ ਮਸਾਂ ਤਾਈ ਮੰਨੀ ਆ, ਮੰਨ ਗਈ ਹੋਰ, ਤੈਨੂੰ ਪਤਾ ਵਕਾਲਤ ਦਾ ਕੋਰਸ ਕਰਦੀ ਆ ਉਹ ਕੁੜੀ, ਅੱਛਾ ਅੜਾਨ ਨੂੰ ਫਿਰਦੇ ਸੀ ਇਹਨੂੰ, ਸਾਰਿਆਂ ਦੇ ਨਾਲ ਲਿਖਾਣੇ ਸੀ ਆਪਣੇ ਵੀ ਥਾਣੇ 'ਚ, ਹਾਏ ਮੈਂ ਮਰ, ਵਿੱਚ ਤੇਰਾ ਵੀ ਲਿਖਾਣ ਨੂੰ ਤਿਆਰ ਸੀ ਤਾਂ, ਹਾਏ ਮੈਂ ਮਰ ਜਾ, ਆਪਾਂ ਤਾਂ ਕੁਛ ਨਹੀਂ ਕੀਤਾ ਭਾਈ, ਆਪਾਂ ਤਾਂ ਕਿਹਾ ਸੀ ਵੀ ਨਾ ਵਾੜੋ ਉਹਨੂੰ ਕੰਜਰ ਨੂੰ ਘਰੇ, ਮੈਂ ਤਾਂ ਬਥੇਰਾ ਰੋਕਿਆ ਸੀ ਜੱਸੇ ਨੂੰ, ਤੇਰੇ ਸਾਹਮਣੇ ਮੈਨੂੰ ਚਾਰੇ ਪੈਰ ਚੱਕ ਕੇ ਪੈ ਗਿਆ, ਕੀ ਕੁਛ ਨਹੀਂ ਸੁਣਿਆ ਮੈਂ, ਚੱਲ ਹੁਣ ਟਿਕਟ ਕਾਤਾ ਹੋ ਗਿਆ ਨਾ ਕੇਰਾ, ਹਲੇ ਤਾਂ ਚੁੱਪ ਨੇ ਬਾਕੀ, ਫਿਰ ਦੇਖੋ, ਚੱਲ ਕੋਈ ਨਹੀਂ ਆਪੇ ਮਹਾਰਾਜ ਭਲੀ ਕਰੂਗਾ, ਦੇਖ ਲਾ ਉਹਦੇ ਤੁਸੀਂ ਮੇਰੇ ਪੈਰਾਂ 'ਤੇ ਪੱਟੀ ਨਹੀਂ ਵੱਜਣ ਦਿੱਤੀ, ਹੈ ਉਹਦੇ ਮੈਨੂੰ ਮੁੰਡਾ ਚਾਰੇ ਪੈਰ ਚੱਕ ਕੇ ਪੈ ਗਿਆ, ਮੈਨੂੰ ਅੱਜ ਤੱਕ ਬੋਲਿਆ ਨਹੀਂ ਸੀਗਾ, ਉਹਦੇ ਮੈਨੂੰ ਕਿੰਨਾ ਚੜ ਚੜ ਕੇ ਬੋਲਿਆ, ਮੈਂ ਆਪਦੇ ਪੁੱਤ ਕਰਕੇ ਚੁੱਪ ਰਹੀ ਵੀ ਅਸੀਂ ਇੱਥੇ ਬੈਠੇ ਹਾਂ, ਮੇਰੇ ਪੁੱਤ ਕਰਕੇ ਸਾਹਮਣੇ ਮੈਂ ਕਿੰਨੀਆਂ ਗਾਲਾਂ ਖਾਈਆਂ ਨੇ, ਬਰਾਬਰ ਹੀ ਆ ਦਿਨ ਤੁਸੀਂ ਮੇਰਾ ਜਲੂਸ ਕੱਢਿਆ, ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਜਦੋਂ ਕੰਜਰ ਇੱਥੇ ਆਂਦਾ ਕੋਈ ਨਾ ਕੋਈ ਕਰਤੂਤ ਕਰਕੇ ਜਾਂਦਾ, ਤੇ ਫਿਰ ਦੇਖ ਲਓ ਬਗਾਨੀ ਤੀਵੀਂ ਛੇੜ ਕੇ ਗਿਆ, ਜੱਸੇ ਨੇ ਉਹਦੇ ਮੇਰੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ, ਇੱਥੇ ਉਹਨੂੰ ਕੰਜਰ ਨੂੰ ਬਿਠਾ ਕੇ ਨਾਲ ਤੇ ਦਾਰੂ ਪਿਆਲੇ ਪਾਇਆ, ਨਾਲੇ ਉਹ ਵਿੱਚ ਕੰਜਰ ਵੀ ਰਾ ਸੀਗਾ, ਦੇਖ ਲਾ ਮਾਸੀ ਵਿਆਹ ਹੋ ਕੇ ਵੀ ਨਹੀਂ ਟਿਕਦਾ ਇਹ, ਪਹਿਲਾਂ ਤਾਂ ਚੱਲ ਕੋਈ ਹੈ ਨਹੀਂ ਸੀ, ਹੁਣ ਤਾਂ ਚੰਗੀ ਭਲੀ ਹੈਗੀ ਆ ਉਹ, ਹਲੇ ਵੀ ਕਰਤੂਤਾਂ ਤੋਂ ਬਾਜ ਨਹੀਂ ਆਉਂਦਾ ਆਪਣੇ, ਚੱਲ ਕੋਈ ਨਹੀਂ ਪੁੱਤ ਤੂੰ ਐਂ ਕਰ, ਮੇਰਾ ਨਾ ਆਟਾ ਉੱਟਾ ਗੁੰਨਿਆ ਪਿਆ, ਨਾਲੇ ਸਾਗ ਨੂੰ ਤੜਕਾ ਲਾਇਆ ਪਿਆ, ਰੋਟੀ ਪਕਾ ਲਾ, ਨਾਲੇ ਤੂੰ ਖਾ ਲਈ, ਨਾਲੇ ਜੱਸਾ ਖਾ ਲੂਗਾ, ਮਾਸੀ ਜੱਸਾ ਤਾਂ ਮਸ਼ੀਨ ਦਾ ਸਮਾਨ ਲੈਣ ਗਿਆ, ਅੱਛਾ ਹੈ ਨਹੀਂ ਗਾ ਘਰੇ, ਉਹ ਆਇਆ ਨਹੀਂ ਗਾ, ਉਹ ਤਾਂ ਹਲੇ ਲੇਟ ਆਊਗਾ, ਮੈਂ ਖਾ ਲੈਂਦੀ ਹਾਂ, ਕਦੋਂ ਖਾਊਗਾ, ਉਹ ਤਾਂ ਮੈਨੂੰ ਲੱਗਦਾ ਦੁਪਹਿਰ ਤੋਂ ਬਾਅਦ ਆਊਗਾ, ਹੁਣ ਮੌਕਾ ਫਿਰ ਕਾਹਦਾ ਮਾਸੀ,
ਵੱਡੜ ਕੇ ਘਰੇ ਜਾਣ ਦਾ, ਉਹਨੂੰ ਲਾਂਭਾ ਦੇ ਕੇ ਆਵਾਂਗੇ ਵੀ ਕੀ ਤੂੰ ਕਦੇ ਇੱਥੇ ਜਲੂਸ ਕੱਢ ਕੇ ਗਿਆ ਗਾ। ਮਾਸੀ ਉਹਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ, ਪਹਿਲਾਂ ਬਥੇਰੀ ਵਾਰੀ ਸਮਝਾ ਲਿਆ ਉਹਨੂੰ। ਨਹੀਂ ਸਮਝਾਉਣ ਦਾ ਕਿਉਂ ਨਹੀਂ ਫਾਇਦਾ, ਉੱਥੇ ਨਾਲੇ ਮਿਲੂਗਾ ਕੰਜਰ ਵੀਰਾ, ਉਹਨਾਂ ਦੇ ਘਰ ਹੀ ਬੈਠਾ ਹੋਊਗਾ, ਨਾਲੇ ਉਹਦੇ ਹੱਡਾਂ 'ਚੋਂ ਕੱਢੂ ਮੱਲਹੂ, ਨਾਲੇ ਉਹਨੂੰ ਪੁੱਛੂ ਵੀ ਤੂੰ ਇੱਥੇ ਤੁਸੀਂ ਕੀ ਕੱਲ੍ਹ ਤੁਸੀਂ ਕੀ ਇੱਥੇ ਕਰਕੇ ਗਏ ਕਰਤੂਤਾਂ, ਲੋਕਾਂ ਦੀਆਂ ਧੀਆਂ ਭੈਣਾਂ ਛੇੜਨਾ ਉਹਨੇ ਤੁਸੀਂ ਇੱਥੇ, ਭਗਵਾਨੀ ਕੁੜੀ ਛੇੜ ਗਿਆ ਇੱਥੇ ਆ ਕੇ। ਮਾਸੀ ਮੈਂ ਕੋਈ ਨਹੀਂ ਜਾਂਦੀ ਹੈਗੀ, ਜੱਸੇ ਨੇ ਮੇਰੀ ਗੁੱਤ ਪੱਟ ਦੇਣੀ ਹੈ ਜੇ ਪਤਾ ਚੱਲਿਆ। ਨਹੀਂ ਮੇਰੀ ਗੱਲ ਸੁਣ, ਜਿਹੜੇ ਬੰਦੇ ਹੁੰਦੇ ਆ ਇਹ ਸਾਂਭਦੇ ਹੁੰਦੇ ਬਾਹਰ ਦੀ ਕਬੀਲਦਾਰੀ, ਬੁੜੀਆਂ ਸਾਂਭਦੀਆਂ ਹੁੰਦੀਆਂ ਘਰ ਦੀ, ਤੂੰ ਤਾਂ ਕਿਸੇ ਪਾਸੇ ਜੋਗੀ ਵੀ ਨਹੀਂ ਹੈਗੀ। ਮਾਸੀ ਮੈਂ ਦੱਸ ਕੀ ਕਰਾਂ, ਤੇਰੇ ਸਾਹਮਣੇ ਕਿੰਨੀਆਂ ਤਾਂ ਮੈਨੂੰ ਕੱਲ੍ਹ ਗਾਲਾਂ ਕੱਢੀਆਂ ਉਹਨੇ। ਤੂੰ ਮੇਰੇ ਕੰਨੀ ਦੇਖ, ਤੇਰਾ ਤਾਇਆ ਹੈ ਸਿਰ ਤੇ ਚੜ ਚੜ ਬੋਲਦਾ ਸੀ ਨਾ, ਆਥਣ ਨੂੰ ਜੀ ਵੜਤੀ ਸੀ, ਮੈਂ ਤਾਂ ਉਹਦੀ ਬੋਲਣਾ ਨਹੀਂ ਸੀ ਦਿੱਤਾ, ਮਰਨੋ ਮਰ ਗਿਆ। ਮੈਂ ਇਹਦੇ ਮੂੰਹ 'ਚ ਪਾਣੀ ਪਾਉਣ ਨਹੀਂ ਗਈ ਸੀ, ਨਾ ਇਹਦੇ ਭੋਗ 'ਤੇ ਗਈ ਸੀ, ਨਾ ਇਹਦੇ ਫੁੱਲਾਂ 'ਤੇ ਗਈ ਸੀ, ਅਤੇ ਤੇਰੀਆਂ ਭੂਆ ਹੋਰੀਆਂ ਅੱਜ ਤੱਕ ਮੈਨੂੰ ਪੁੱਛ ਗੱਲ ਕਰਦੀਆਂ, ਮੈਂ ਤਾਂ ਉਵੇਂ ਨਹੀਂ ਕਿਸੇ ਨੂੰ ਖੰਘਣ ਦਿੱਤਾ, ਤੂੰ ਇਹਦੇ ਮੂਹਰੇ ਮਿੰਡ ਮਿੰਡ ਕਰਦੀ ਫਿਰਦੀ ਆ। ਮਾਸੀ ਮੈਂ ਕੀ ਕਰਾਂ, ਜੱਸਾ ਕਿੱਥੇ ਮੇਰੀ ਸੁਣਦਾ ਦੱਸ। ਚੱਲ ਕੋਈ ਨਹੀਂ, ਤੂੰ ਮੇਰੇ ਨਾਲ ਚੱਲ, ਮੈਂ ਆਪੇ ਸਮਝਾਊ, ਆਏ ਤਾਂ ਸਿਰ ਚੜਨਗੇ, ਕੱਲ੍ਹ ਨੂੰ ਕੁਛ ਹੋਰ ਕਰੂਗਾ ਇਹ। ਤੇਰੀ ਭੈਣ ਦੀ ਤੇਰੀ ਮਰਾ ਸਲਾ ਬੈਠਾ ਢੂੰ ਲਈ, ਐਨੀ ਵੀ ਥੋੜ੍ਹਾ ਬਹੁਤਾ ਕੰਮ ਕਰਾ ਦਾ। ਓ ਅਗਵਾ, ਹੋ ਅਗਵਾ, ਹੋਏ ਮਰਾ ਸਲਾ ਬੁੜੀ ਫੂਕ ਕੇ ਬੈਠਾ, ਹਾਏ ਮਾੜਾ ਮੋਟਾ ਸਹਾਰਾ ਲਵਾ ਦਿਆ ਕਰ ਬੰਦੇ ਨਾਲ, ਹੈ ਹੁਣ ਬੋਲਦਾ ਨਹੀਂ ਗੰਜਰ ਦੇ ਦਾ, ਨਾਮ ਚੜ੍ਹਾ ਤਾ ਉਹ ਅਗਵਾ। ਪਹਿਲਾਂ ਤੂੰ ਮੇਰੀ ਗੱਲ ਸੁਣ, ਹੁਣ ਤੇਰੀ ਕੀ ਸਲਾਹ ਭਾਈ? ਮੈਨੂੰ ਭਾਈ ਸੱਤਰਾ ਮੈਂ ਘਾਟਾ ਤੈਨੂੰ ਦੱਸਾਂ, ਮੈਂ ਮੇਰਾ ਸਲਾਹ ਸਾਰਾ ਦਿਨ ਜਨਾਨੀਆਂ ਦੇ ਪਦ ਸੁੰਘੀ ਜਾਊ, ਇੰਨਾ ਨੀ ਚਾਹੀਦਾ ਭਾਗੂਆ ਘਰ ਬਾਰ ਵਾਲਾ। ਤੂੰ ਮੈਂ ਤੈਨੂੰ ਇੱਕ ਗੱਲ, ਮੇਰੀ ਸੁਣ ਤੂੰ ਗੱਲ, ਮੈਂ ਕਦਰਦਾ ਤੈਨੂੰ ਉਹਦੇ ਬਾਰੇ ਨੀ ਪੁੱਛਦਾ ਵੀ ਕੀ ਸਲਾਹ। ਹੋਰ ਤਾਂ ਕੀ ਕਰਨਾ, ਮਾਂ ਦਾ ਜਿਹੜੀ ਉਹ ਪਾਈਪ ਆ, ਮੈਂ ਤਾਂ ਲੱਕੜਾਂ ਵੀ ਲੈ ਕੰਜਰ ਦਿਆ, ਚਾੜੀਏ ਭੱਠੀ ਹੋਣਾ ਕੱਢੀਏ ਕੁਛ, ਹੈਂ ਕਰਦੇ ਆ ਮੇਰੀ ਚੁੱਲ੍ਹਾ ਬਣਾ ਲਿਆ। ਮੈਂ ਤਾਂ ਹੀ ਬਿਪਤਾ ਜੀ ਤੇਰਾ ਫਿਰਦਾ, ਕਿਹੜਾ ਚੁੱਲ੍ਹਾ, ਮੈਂ ਤਾਂ ਇਹ ਕਹਿਣਾ ਕੰਜਰ ਤਾਂ ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਪ੍ਰਪੋਜ਼ ਆ ਭਾਈ ਤੇਰੇ ਕਣੀ, ਮੈਨੂੰ ਐਂ ਲੱਗਦਾ ਕੰਜਰ ਦੀ ਉਹ ਭਾਈ ਗਲਤ ਮਤਲਬ ਕੱਢ ਲਿਆ ਉਹਨੇ, ਉਹ ਗੰਦਾ ਮੰਦਾ ਮਤਲਬ ਕੱਢ ਲਿਆ। ਕੀ ਪਤਾ ਸਾਲਾ ਗੰਦਾ ਹੀ ਹੋਵੇ ਇਹ, ਤੈਨੂੰ ਦੱਸਿਆ ਕਿਹਨੇ ਦੀ, ਪਹਿਲਾਂ ਤਾਂ ਐਂ ਦੱਸ ਓਏ ਇਹ ਪੜ੍ਹੇ ਲਿਖੇ ਮੁੰਡੇ, ਕਿਹਨੇ ਦੱਸਿਆ ਸੀ ਤੈਨੂੰ ਵੀ ਐਂ ਕਹਿਣਾ ਹੁੰਦਾ, ਕਿਹਨੇ ਦੱਸਿਆ ਸੀ? ਮੈਨੂੰ ਕਿਸੇ ਪਾੜੇ ਮੁੰਡੇ ਨੇ ਦੱਸਿਆ ਸੀ, ਕਹਿੰਦਾ ਵੀ ਪ੍ਰਪੋਜ਼ ਕਹਿ ਕੇ ਹੈ ਕੁੜੀ ਫਸ ਜਾਂਦੀ ਹੈ, ਹੈ ਹੈ ਪਹਿਲਾਂ ਤਾਂ ਜਦੋਂ ਮੈਂ ਪਹਿਲਾਂ ਕਿਹਾ ਮਹਾਂ ਪ੍ਰਪੋਜ਼ ਹੈ, ਉਹ ਤਾਂ ਹੱਸ ਪਈ। ਅੱਛਾ ਜਦੋਂ ਮੈਂ ਕਿਹਾ ਮੈਂ ਕਿਹਾ ਤੇਰੇ ਕਣੀ ਨੂੰ ਮੇਰਾ ਪ੍ਰਪੋਜ਼, ਫਿਰ ਕੋਈ ਗੜਬੜ ਹੋ ਗਈ, ਮੈਨੂੰ ਐਂ ਲੱਗਦਾ ਕਿ ਤਾਂ ਮੇਥੋਂ ਵਿਚਲ ਗਈ, ਤੇਰਾ ਮੂੰਹ ਦੇਖ ਕੇ ਵਿਚਲ ਗਈ ਭਾਗੂਆ, ਮੈਣਾ ਦੇਖਾ ਝੱਟ, ਮੈਣਾ ਦੇਖਾ ਝੱਟ, ਹੈ ਤੂੰ ਫਿਰ ਉਹੀ ਗੱਲ ਆ ਕਹਿੰਦੇ ਦਾ, ਤੂੰ ਤਾਂ ਉਹ ਗੱਲ ਕਰਦਾ ਕੁੱਚੀ ਚ ਮੂਤੂ ਨਾ ਮੂਤਾਂ ਨੂੰ ਮੈਂ ਮੈਂ ਦੇਖ ਲਾ ਮੈਂ ਕੀ ਪਾ ਤੇਰਾ ਮੂੰਹ ਦੇਖ ਕੇ ਵਿਚਲ ਗਈ ਹੋਵੇ, ਹੈ ਪਤਲੇ ਮੁੰਡੇ ਪਸੰਦ ਹੋਣ ਉਹਨੂੰ। ਮੇਰੀ ਗੱਲ ਹੈ ਹੈ ਕੋਈ ਇਹੋ ਜਿਹਾ ਗੀੜ ਪਾਈਏ ਆਪਾਂ, ਪੈਸੇ ਪੂਸੀ ਦਿਖਾਈਏ ਉਹਨੂੰ ਕਿਵੇਂ। ਮੈਂ ਤੁਹਾਨੂੰ ਦੱਸਦਾ ਮੈਨੂੰ ਖਰਾਬ ਨਹੀਂ ਲੱਗਦੀ ਇਹ ਜਨਾਨੀ, ਮੈਨੂੰ ਠੀਕ ਲੱਗਦਾ, ਖਰਾਬ ਨਹੀਂ ਹੁਣੇ ਜਨਾਨੀ ਦੇ ਖਾਇਆ ਮੇਰੀ, ਤੈਨੂੰ ਕਹਾਂ ਮੈਂ ਕਾਹਨੂੰ ਆਪਾਂ ਸਿੱਤਰ ਖਾਣ ਵਾਲੇ ਕੰਮ ਕਰਦੇ ਹਾਂ, ਆਪਾਂ ਕੱਢਦੇ ਹਾਂ ਦਾਰੂ, ਹੈ ਲਾ ਕੇ ਘੁੱਟ ਘੁੱਟ ਦਲੇਰ ਬਣ ਜਾਵਾਂਗੇ, ਫਿਰ ਚਾਹੇ ਮੇਰੇ ਸੜੀ ਨੂੰ ਮੋਢਿਆਂ 'ਤੇ ਚੱਕ ਲਈ, ਆ ਜਾ ਮੇਰਾ ਵੀਰ, ਆ ਜਾ ਬਣਾ ਚੁੱਲ੍ਹਾ, ਤੂੰ ਬਣਾ ਚੁੱਲ੍ਹਾ, ਐਂ ਨਹੀਂ ਕਰਦੇ ਹੁੰਦੇ, ਚੱਲ ਐਂ ਕਰ ਬੋਤਲਾਂ ਲਿਆਂਦੀਆਂ, ਆ ਤਲਾ ਬਹਿ ਜੇ ਬਿੜਾ ਕੰਜਰ ਦਿਆ, ਵਾ ਕੰਜਰ ਦੀਆਂ ਬੋਤਲਾਂ ਥੈਲੇ 'ਚ ਪਾਈਆਂ, ਉਹਦੇ ਗੇਟ ਮੂਹਰੀ ਰੱਖ ਕੇ ਭੁੱਲ ਗਿਆ, ਮਾੜਾ ਚੇਤਾ ਹੋ ਗਿਆ, ਜਿੱਦੇ ਦੀ ਮੇਰੇ ਸਾਲ ਦੀ ਚਰਨ ਨੂੰ ਵਿਚਲੀ ਹੈ ਨਾ, ਉਹਦੇ ਦਾ ਚੇਤੇ ਹੀ ਮਾੜਾ ਹੋ ਗਿਆ, ਚੀਜ਼ਾਂ ਰੱਖ ਕੇ ਭੁੱਲ ਜਾਣਾ, ਦਾਲ ਪਾ ਲੈਣਾ ਕੋਲੀ 'ਚ, ਰੋਟੀ ਖਾ ਲੈਣਾ ਚਟਣੀ ਨਾਲ, ਹੈ ਫਿਰ ਦੁੱਧ ਪਾ ਲੈਣਾ, ਪੀ ਜਾਣਾ ਪਾਣੀ, ਚੇਤਾ ਮਾੜਾ ਹੋ ਗਿਆ। ਆਪਾਂ ਬੜੇ ਕਿਉਂ ਹੁੰਦੇ ਛੇਤੀ, ਆਪਣੇ ਕੋਲ ਇੱਕ ਇੱਕ ਤੀਮੀ ਆ, ਆਪਾਂ ਨੂੰ ਮੇਰੇ ਸਾਲ ਦੀ ਉਹੀ ਬਦਲਾਈ ਜਾਂਦੀ ਹੈ, ਪੰਜ ਸੱਤ ਰੱਖਿਆ ਕਰੀਏ, ਮੇਰੇ ਕੋਲ ਤਾਂ ਇੱਕ ਵੀ ਨੀ ਭਾਗੂਆ, ਮੇਰੇ ਕੋਲ ਤਾਂ ਇੱਕ ਵੀ ਨੀ, ਰੱਬ ਦੀ ਕਰੋਪੀ ਕਰੋਪੀ ਹੋ ਗਈ ਰੱਬ ਦੀ। ਚੱਲ ਤੂੰ ਐਂ ਕਰ, ਹੈ ਤੂੰ ਬੋਤਲਾਂ ਲੈ ਕੇ ਆ, ਮੈਂ ਇੰਨੇ ਚੁੱਲ੍ਹਾ ਚੁੱਲ੍ਹਾ ਬਣਾਉਣਾ। ਮੈਂ ਤਾਂ ਕਹਦਾ ਜੇ ਮੈਨੂੰ ਤਾਂ ਅੱਧੀ ਵੀ ਮਿਲ ਜੇ ਜਨਾਨੀ ਵਾਧੂ ਆ ਭਾਈ, ਮੈਂ ਤਾਂ ਪੂਰੀ ਵੀ ਨਹੀਂ ਮੰਗਦਾ, ਮੈਂ ਤਾਂ ਖੁਸ਼ ਆ ਇੰਨੇ 'ਚ, ਮੈਂ ਲੈ ਕੇ ਆਉਣਾ ਬੋਤਲਾਂ ਜਾਂ ਚੁੱਲ੍ਹਾ ਬਣਾ ਲਈ, ਮੇਰੀ ਸੁਣ ਲਾ ਗੱਲ, ਮੇਰੇ ਆਉਂਦਿਆਂ ਨੂੰ ਚੁੱਲ੍ਹਾ ਬਣਾ ਲਈ, ਕਿਤੇ ਸੁਪਨੇ ਲਈ ਜਾਵਾਂ ਬੈਠਿਆ ਉਰੇ ਤੇ। ਆਪਾਂ ਦਾਰੂ ਕੱਢ ਕੇ ਸੁਨਾਮ ਚੱਲਦੇ ਹਾਂ, ਉੱਥੇ
ਉਹ ਜੜੀ ਬੂਟੀਆਂ ਤਿਆਰ ਕਰਾ ਕੇ ਲਿਆਉਣੇ ਆਪਾਂ ਮੁੰਡੇ ਖੁੰਡੇ ਬਣਨ ਵਾਲੀਆਂ। ਮਰਾ ਵੀਰ ਟਿਕ ਜਾ, ਟਿਕ ਜਾ ਮੇਰਾ ਵੀਰ, ਟਲ ਜਾ। ਮੈਂ ਪੁੱਛਦੀ ਹਾਂ ਸਾਂ ਵਾਲਾ ਪੰਜਾ ਵਧੀਆ ਹੁੰਦਾ ਕਹਿੰਦੇ? ਟਲ ਜਾ ਮੇਰਾ ਵੀਰ, ਮੇਰੀ ਸੁਣ ਲਾ ਗੱਲ ਭਾਗੂਆ, ਮੈਂ ਤੇਰੇ ਮਾਰਾ ਕਹਿੰਦਾ, ਮੈਨੂੰ ਤੇਰਾ ਆਉਂਦਾ ਮੋਹ, ਤੈਨੂੰ ਐਵੇਂ ਆਖਾਂ ਮੈਂ ਹੈ, ਤੇਰਾ ਆਉਂਦਾ ਮੋਹ ਮੈਂ ਚੰਗਾ ਨਹੀਂ ਲੱਗੂ ਤੈਨੂੰ ਆਹ ਉਮਰ 'ਚ ਸਿੱਤਰ ਖਾਂਦੇ ਨੂੰ ਦੇਖੂੰਗਾ, ਫਿਰ ਸਾਲਾ ਮੈਨੂੰ ਵਿੱਚ ਕੁੱਦਣਾ ਪੂ ਲੜਾਈ ਦੇ ਹੈਂ, ਦੋ ਚਾਰ ਮੈਂ ਲਾਊਂ, ਦੋ ਚਾਰ ਮੇਰੇ ਪੈਣੀਆਂ, ਕਿਉਂ ਤਾਂ ਬੁੱਢੇ ਹੱਡ ਤੜਾਉਣੇ ਨੇ ਮੇਰੇ ਬਾਈ, ਚੁੱਲ੍ਹਾ ਬਣਾ ਲਾ ਚੁੱਪ ਕਰਕੇ, ਆਪਣੀ ਤਾਂ ਇਹੀ ਨੇ, ਇਹੀ ਨੇ ਜੜੀ ਬੂਟੀਆਂ ਲਾ ਕੇ ਘੁੱਟ ਭੇਂਟ ਦਾ ਸੁਰਗਾਂ ਨੂੰ ਹੱਥ ਹੈਂ ਲਿਆ, ਮੈਂ ਜਾਂਦਾ ਮਾੜਾ ਜਾ। ਹੈ ਵੀਰੇ ਮੈਂ ਕਹਿੰਦੇ ਤੈਨੂੰ ਮਹਾਂ ਵੀ ਇਹ ਰੋਜ਼ੇ ਭੱਜਣ ਆਉਂਦੀ ਨੇ, ਮਾੜੀ ਜਿਹੀ ਖਬਰਸਾਰ ਤਾਂ ਲੈ ਲੈ, ਆਪਾਂ ਭੱਜਿਆ ਕਰਾਂਗੇ ਨਾਲ, ਭਾਵੇਂ ਮਕਲਾਵਾ ਲੈਣਾ ਹੈਂ, ਨਾਲੇ ਮੇਰੀ ਸੁਣ ਲਾ ਗੱਲ ਭਾਈ, ਤੈਂ ਭੱਜਣਾ ਤੂੰ ਭੱਜ, ਮੈਂ ਇੱਥੋਂ ਨਹੀਂ ਭੱਜਿਆ ਜਾਂਦਾ, ਮੇਰਾ ਸਾਲਾ ਗੋਡਾ ਨਿਕਲ ਜਾਂਦਾ ਮੇਰਾ ਤਾਂ, ਹੈ ਤੂੰ ਭੱਜਦਾ ਵੀਰੇ ਜਿਹੜਾ ਭੱਜਣਾ, ਲੋਕਾਂ ਦੀਆਂ ਕੁੜੀਆਂ ਨਿਕਲ ਜਾਂਦੀਆਂ ਤਾਂ ਭੱਜੇ ਫਿਰਦੇ ਨੇ, ਤੇਰਾ ਗੋਡਾ ਨਿਕਲ ਜੇ ਤਾਂ ਹੀ ਤੋਂ। ਆ ਜੀ ਮਾੜੇ ਛੇਤੀ ਫਿਰ ਛੇਤੀ ਆ ਜੀ, ਮਤਲਬ ਲੁੱਚਾ ਕੋਈ ਗਲਤ ਮਤਲਬ ਨਿਕਲਦਾ ਸੀ। ਮੈਂ ਤੂੰ ਪ੍ਰਪੋਜ਼ ਕਰਨਾ ਆਪਣੀ ਘਰ ਵਾਲੀ ਨੂੰ ਕਰ, ਤੂੰ ਲੋਕਾਂ ਦੀਆਂ ਧੀਆਂ ਨੂੰ ਕਿਉਂ ਪ੍ਰਪੋਜ਼ ਕਰਦਾ, ਚੰਗਾ ਲੱਗਦਾ ਤੂੰ ਪ੍ਰਪੋਜ਼ ਕਰਦਾ, ਸ਼ਰਮ ਨਹੀਂ ਤੈਨੂੰ ਮਾੜੀ ਮੋਟੀ? ਮੈਨੂੰ ਨਹੀਂ ਪਤਾ ਭਾਈ ਵੀ ਇਹਦਾ ਮਤਲਬ ਗਲਤ ਹੁੰਦਾ, ਫਿਰ ਤੈਨੂੰ ਕਾਹਨੂੰ ਪਤਾ, ਸਾਰੇ ਪਿੰਡ ਨੂੰ ਤੂੰ ਪ੍ਰਪੋਜ਼ ਕਰੀ ਫਿਰਦਾ, ਹਲੇ ਤੈਨੂੰ ਮਤਲਬ ਨਹੀਂ ਪਤਾ। ਜਿੱਥੇ ਮਰਜ਼ੀ ਭਾਈ ਮੈਨੂੰ ਤਾਂ ਜਿਹੜੇ ਮਰਜ਼ੀ ਥੜੇ ਤੇ ਚੜਾ ਲਓ, ਹੈ ਪਾਣੀ ਦੀ ਚੂਲੀ ਭਰਾ ਲਓ, ਚਾਹੇ ਮੈਨੂੰ ਨਹੀਂ ਪਤਾ ਭਾਈ, ਤੂੰ ਤਾਂ ਹੈ ਹੀ ਝੂਠਾਂ ਦੀ ਪੰਡ ਹੈ, ਕਰ ਕਰਾ ਕੇ ਮੁੱਕਰ ਜਾਂਦਾ, ਦੇਖ ਲੈ ਮਾਸੀ ਦੇਖ ਲੈ ਕਰਤੂਤ ਆਈ ਦੀਆਂ। ਨਹੀਂ ਮੈਨੂੰ ਐਂ ਦੱਸੋ ਭਾਈ, ਫਿਰ ਤੈਨੂੰ ਨਹੀਂ ਹਜੇ ਤੱਕ ਜੱਸੇ ਨੇ ਪ੍ਰਪੋਜ਼ ਕਰਿਆ ਤੈਨੂੰ ਹੈਗਾ ਹੈ? ਉਹ ਸਾਡਾ ਆਪਸ ਦਾ ਮਾਮਲਾ, ਤੂੰ ਕੀ ਲੈਣਾ ਜੱਸੇ ਤੋਂ, ਤੂੰ ਜੱਸਾ ਬਣ ਜਾਏਗਾ, ਤੂੰ ਆਪਣੀ ਘਰ ਵਾਲੀ ਨੂੰ ਕਰ ਪ੍ਰਪੋਜ਼। ਇਹ ਤਾਂ ਨਰਕਾਂ ਚ ਢੋਈ ਨੀ ਮਿਲਣੀ, ਨਰਕਾਂ ਚ ਬੇ ਭਾਈ ਤੂੰ ਕਿੱਥੇ ਦੇਣਾ ਰਹੇਗਾ ਤੀ ਮੇਰਾ, ਜਿੰਨੀ ਮਰਜ਼ੀ ਦਵਾ ਲਓ ਮੈਨੂੰ ਪ੍ਰਪੋਜ਼ ਦਾ ਨਹੀਂ ਬੰਦੇ ਵੀ ਇਹਦਾ ਗਲਤ ਮਤਲਬ ਆ ਕੋਈ, ਮੈਨੂੰ ਤਾਂ ਇਹ ਹੁੰਦਾ ਵੀ ਪੜੇ ਲਿਖੇ ਸੁੱਖ ਸਾਂਦ ਪੁੱਛਦੇ ਨੇ ਕਿਤੇ, ਹੈ ਤੂੰ ਭਾਈ ਜਦੋਂ 100 ਲੁੱਚੇ ਮਰੇ ਸੀ ਤੂੰ ਉਦੋਂ ਜਨਮ ਲਿਆ, ਤੂੰ ਉਦੋਂ ਨਹੀਂ ਜਨਮ ਲਿਆ, ਤੂੰ ਤਾਂ ਗੰਦ ਪਾਉਂਦਾ ਫਿਰਦਾ ਲੋਕਾਂ ਦੀਆਂ ਤੀਵੀਆਂ ਦੇ ਮਗਰ, ਪੂਛ ਹਲਾਉਂਦਾ ਫਿਰਦਾ, ਪੂਛ ਮੈਨੂੰ ਨਹੀਂ ਪਤਾ ਇਹ ਗੱਲ ਦਾ ਭਾਈ, ਤੁਸੀਂ ਸੌ ਵੀ ਘੱਟ ਹੋਣੇ, ਹਜ਼ਾਰ ਹੀ ਮਰੇ ਹੋਣੇ, ਜਿੱਦਾਂ ਨਾ ਜੰਮਿਆ ਹੋਣਾ, ਮੰਨਦਾ ਗਲਤੀ ਜਮਾਂ ਨਹੀਂ, ਗਲਤੀ ਮੰਨਦਾ ਵੀ ਮੈਂ ਕਿਸੇ ਧੀ ਭੈਣ ਛੇੜੀ ਆ, ਉਹ ਚੱਲ ਹੋ ਗਈ ਮੇਰੇ ਤੋਂ ਗਲਤੀ ਆ, ਬੰਨੇ ਹੱਥ ਭਾਈ ਮੇਰਾ ਪੈਂਡਾ ਛੱਡੋ, ਹੈ ਜਨਾਨੀਆਂ ਛੇੜ ਕੇ ਆ ਜਾਂਦਾ ਜੁੱਤੀਆਂ ਨੂੰ ਥਾਂ, ਮੈਨੂੰ ਤਾਂ ਜੱਸੇ ਨੂੰ ਕਰ ਦਿੰਦਾ ਭੁਗਤੀ, ਅਸੀਂ ਜਾਂਦੇ ਆ ਭਾਈ ਤੁਹਾਡੇ ਘਰੇ ਪਾ ਗਿਆ ਮੈਂ ਰੋਟੀ ਦਾ ਟੁੱਕ ਖਾਇਆ, ਅੱਜ ਤੋਂ ਬਾਅਦ ਮੈਂ ਜਾਂਦਾ ਨਹੀਂ, ਕੰਨ ਖਿੱਚਦਾ ਆਪਦੇ, ਰੋਟੀ ਭਾਈ ਖਾਣੀ ਸੀ ਤੇ ਕੋਈ ਸੋਭਤ ਨਾਲ ਰੋਟੀ ਖਾਂਦਾ, ਚੱਜ ਨਾਲ ਰੋਟੀ ਖਾਂਦਾ, ਉੱਥੇ ਚਾਦਰਾ ਚੱਕ ਕੇ ਭੱਜਿਆ ਆ, ਫਿਰ ਖੜਿਆ ਵੀ ਨਹੀਂ, ਜੇ ਚੱਜ ਦਾ ਹੋਇਆ ਤੇਰਾ ਯਾਰ ਆ ਉਹ ਕੰਜਰ ਚੋਰਾ, ਅਸੀਂ ਜੇ ਚੱਜ ਦਾ ਹੁੰਦਾ ਉੱਥੇ ਹੀ ਰੋਟੀ ਖਾਂਦਾ, ਅੱਡ ਕਾਣਾ ਹੁੰਦਾ, ਚੋਰਾ ਇਹਦਾ ਯਾਰ ਚੋਰਾ, ਤੇਰੇ ਘਰ ਦੇ ਬੜੇ ਚੱਜ ਦੇ ਨੇ ਹੈ, ਆ 6 ਮਹੀਨੇ ਹੋ ਗਏ ਉਗਲੀ ਜਿਹੇ ਇੱਥੇ ਬੈਠੀ ਨੂੰ, ਖਬਰਦਾਰ ਜੇ ਮਾਸੀ ਨੂੰ ਕੁਛ ਕਿਹਾ ਤੇਰੇ ਵਾਂਗੂ ਨਹੀਂ ਫਿਰਦੀ ਇਹ, ਜਿਹੜੇ ਆਪਦੀ ਧੀ ਮਾਰੇ ਬੈਠੇ ਆ ਤੇਰੇ ਵਾਂਗੂ ਨਹੀਂ ਲੋਕਾਂ ਦੀਆਂ ਧੀਵੀਆਂ ਮਗਰ ਫਿਰਦੇ, ਚੱਲ ਮਾਸੀ ਕਿ ਬੰਦਿਆਂ ਮਗਰ ਨਹੀਂ ਫਿਰਦੀ ਬੰਦਿਆਂ ਮਗਰ, ਇਹਦੇ ਲੰਡਰ ਦੇ ਖਾਣੋ ਆਪਾਂ ਮੂੰਹ ਲੱਗਣਾ, ਇਹਨੇ ਨਹੀਂ ਸਮਝਣਾ ਹੈਗਾ ਤਾਂ ਹੈ ਹੀ ਕੰਜਰ ਆ, ਦੇਖ ਲੈ ਨੀ ਕਹਿੰਦੀ ਸੀ 15 ਲੱਖ, ਆ ਲਾਤਾ 15 ਲੱਖ, ਆ ਦੇਖ ਲਾ ਆ ਦਿਖਦਾ ਹੁਣ ਮਾਸੀ, ਚਲੋ ਮੈਂ ਲੜਕਾ ਘਰ ਖੜਾ ਕੀਤਾਗਾ, ਕੰਜਰ ਧੀਵੀਆਂ ਦਾ ਯਾਰ। ਪੀੜ ਸਾਰਾ ਦਿਨ ਇੱਥੇ ਬੈਠੀ ਰਹੂ, ਸਾਰਾ ਦਿਨ ਬੀਹੀ ਦੇ ਹੰਨੇ ਤੇ, ਇੱਥੇ ਪਤਾ ਨੀ ਕੀ ਹੈ, ਉਈ ਬਸ ਭੌਂਕਦੀ ਰਹਿੰਦੀ ਹੈ ਬਿਨਾਂ ਗੱਲ ਤੋਂ, ਕਾਹਨੂੰ ਡੰਡੇ ਖਾਏ ਬਿਨਾਂ ਛੱਡਦੀ ਇਹ, ਫੇਰ ਨੀ ਪੂਗਦੇ ਛਤਰਾਉਲ, ਐ ਨੀ ਪੂਗਦੀ, ਇੱਕ ਆ ਪਤੀਲਾ ਅੱਗ ਲਾਉਣਾ ਉਹ ਨੀ ਰਿਹਾ, ਬਦਲ ਗਿਆ, ਗਾਲਾ ਕੱਢ ਗਈ ਹੈ, ਸੋਹਣੀ ਰਹੀ ਚਰਨ ਉਹ ਬਦਲ ਗਈ,
ਕੋਈ ਨਾ ਭਾਈ ਕੁੰਡਾ ਨਾ ਲਾਇਓ ਜੀ ਤੇ ਲੌਕ ਹੀ ਲਾਇਓ ਲੌਕ ਵਾਲਾ ਲਾ ਦਾਂਗੇ ਉਹਦਾ ਕੁੰਡੇ ਵਾਲਾ ਦਾ ਨਾ ਤਾਂ ਲੱਗੇ ਨਾ ਕਰੇ ਜੇ ਤਾਂ ਉਹ ਟਾਈਟ ਹੋ ਜਾਂਦਾ ਹੈ ਹਾਂ ਲੌਕ ਵਾਲਾ ਲਾ ਦਿਓ ਇਤਕੀ ਹਾਂ ਤੱਕ ਕਰ ਦਾਂਗੇ ਯਾਰ ਹਾਂ ਆ ਕਿੱਧਰ ਫਿਰਦਾ ਹੈ ਇੱਧਰ ਆ ਗਿਆ ਉਹ ਕਿੱਧਰ ਫਿਰਦਾ ਤੂੰ ਤੇ ਓਏ ਤੂੰ ਤਾਂ ਕਦੋਂ ਕਹੀ ਜਾਂਦਾ ਯਾਰ ਹੋਰ ਕੀ ਕਹਾਂ ਤੈਨੂੰ ਕੀ ਕਰੀਏ ਨੇ ਸਤਿ ਸ੍ਰੀ ਅਕਾਲ ਬਈ ਬਿੰਦਰਾ ਸਤਿ ਸ੍ਰੀ ਅਕਾਲ ਉਹ ਯਾਰ ਮੈਨੂੰ ਰਾਹੁਲ ਕਿਹਾ ਕਰ ਯਾਰ ਆ ਮਾਂਜਾ ਕਿਉਂ ਮਾਰਦਾ ਫਿਰਦਾ ਹੈ ਉਹ ਤਾਂ ਮੈਂ ਪੈੜਾ ਮਟਾਉਣਾਗਾ ਛੱਪਣੀ ਤੋਂ ਕਿਤੇ ਮਾਂ ਕਰਨ ਆ ਜੇ ਅੱਛਾ ਇੰਨਾ ਡਰ ਲੱਗਦਾ ਓਏ ਓਹੋ ਮਾਰਿਆ ਕਿਉਂ ਸੀ ਕੰਜਰ ਦੇ ਉਦੋਂ ਉਹ ਯਾਰ ਪਤਾ ਹੀ ਨਹੀਂ ਲੱਗਿਆ ਮੈਨੂੰ ਤਾਂ ਪਤਾ ਨਹੀਂ ਲੱਗਿਆ ਉਰੇ ਕੀ ਕਰਨ ਆਇਆ ਕੰਮ ਆਇਆ ਬਈ ਇੱਟ ਤੇ ਬਹਿ ਜਾ ਬਹਿ ਜਾ ਬਹਿ ਜਾ ਕੋਈ ਨਾ ਉਹ ਡਿੱਗ ਨਾ ਪਈ ਬਹਿ ਤਾਂ ਚੱਜ ਨਾਲ ਜਾ ਉਹ ਬਈ ਥੱਲੇ ਨਹੀਂ ਮੈਂ ਪੈਰ ਧਰਦਾ ਆਉਂਦੀ ਪੈੜਾਂ ਪਸਾਣ ਲੈਂਦੀ ਆ ਪੈਰ ਤਾਂ ਨਹੀਂ ਲੱਗਦਾ ਥੱਲੇ ਮੇਰਾ ਨਹੀਂ ਲੱਗਦਾ ਕੰਮ ਤਾਂ ਦੱਸ ਕੀ ਕਰਨਾ ਹੈ ਹੈਂ ਕੀ ਕੰਮ ਆਇਆ ਬਈ ਮੇਰਾ ਉਹ ਲੋਹੇ ਦਾ ਸੂਟ ਸਿਉਂਦੇਗਾ ਸਿਉਣ ਨੂੰ ਦਰਜੀ ਹੈ ਸਿਉਣ ਨੂੰ ਕੀ ਦਰਜੀ ਹੈ ਲੋਹੇ ਦਾ ਕੰਮ ਵਰਕਸ਼ਾਪ ਚ ਹੈ ਹਾਂ ਬੈਲਟ ਵਾਲਾ ਲੋਹੇ ਦਾ ਸੂਟ ਕਾਹਦੇ ਵਾਸਤੇ ਬਣਾਉਣਾ ਹੈ ਉਹ ਯਾਰ ਮੈਥੋਂ ਸੱਪ ਮਰ ਗਿਆ ਹੁਣ ਸੱਪਣੀ ਨੇ ਮੇਰੀਆਂ ਫੋਟੋਆਂ ਖਿੱਚੀਆਂ ਸੱਪ ਮਾਰਤਾ ਬਈ ਬਿੰਦਰੇ ਨੇ ਉੱਤੇ ਜੋੜਾ ਰਹਿੰਦਾ ਵੀ ਖੇਤ ਸੱਪਣੀ ਛੱਡਤੀ ਹੁਣ ਪਹਿਲਾਂ ਸੱਪਣੀ ਛੱਡੂ ਇਹ ਤਾਂ ਗੱਲ ਸਹੀ ਆ ਸਿਆਣੇ ਕਹਿੰਦੇ ਹੁੰਦੇ ਤੀ ਕਹਿੰਦੇ ਜੋੜਾ ਨਹੀਂ ਛੇੜੀ ਦਾ ਹੁੰਦਾ ਭਾਈ ਯਾਰ ਫਿਰ ਮੇਰਾ ਐਂ ਕਰੀ ਤੂੰ ਸੂਟ ਸਿਉਂਦੀ ਮੇਰਾ ਲੋਹੇ ਦਾ ਉਹ ਕਿਵੇਂ ਪਾਏਗਾ ਤੂੰ ਦੱਸਦਾ ਤੈਨੂੰ ਮੈਂ ਇੱਕ ਮਿੰਟ ਪੈਰ ਤਾਂ ਨਹੀਂ ਹਰਮਨ ਥੱਲੇ ਲੱਗਦਾ ਓਏ ਉਹ ਲੱਗ ਗਿਆ ਓਏ ਉਹ ਨਹੀਂ ਲੱਗਦਾ ਲੱਗਿਆ ਨਹੀਂ ਪੂਰੇ ਬਹਿ ਜਾ ਪਰ ਐ ਤਾਂ ਨਹੀਂ ਗਾ ਪੁੱਤ ਪਾਏ ਦੇ ਹੁਣ ਦਰਦ ਸਾਲੇ ਦਾ ਲੋਹੇ ਦਾ ਸਿਉਂਦੀ ਮੇਰਾ ਸੂਟ ਅੱਜ ਸਿਉਂਦੀ ਭਾਈ ਬਣ ਕੇ ਮੈਨੂੰ ਤੁਰਨਾ ਵਾਲਾ ਔਖਾ ਹੈ ਵੀਰੇ ਬਾਬੇ ਹੋਰੇ ਕਹਿੰਦੇ ਤੈਨੂੰ ਸੜਦੀ ਨਹੀਂ ਸੱਪਣੀ ਨਾ ਲੋਹੇ ਦਾ ਪਾ ਕੇ ਕਿਵੇਂ ਤੁਰੇਗਾ ਤੂੰ ਹੈਂ ਲੋਹੇ ਦਾ ਪਾ ਕੇ ਕਿਵੇਂ ਤੁਰੇਗਾ ਆ ਤੇ ਉਰੇ ਐਵੇਂ ਮੁੜਿਆ ਕਰੂਗਾ ਇੱਥੇ ਮੈਂ ਕਬਜ਼ੇ ਲਵਾ ਲੂੰਗਾ ਹਾਂ ਐਵੇਂ ਐ ਗੋਡਾ ਮੁੜਦਾ ਕਰਦੀ ਬਈ ਅੱਛਾ ਨਾਲੇ ਤਾਂ ਮੇਰੀ ਪੈਂਟ ਬਣਾ ਦੀ ਲੋਹੇ ਦੀ ਇੱਥੇ ਹੁੱਕ ਲਾ ਦੀ ਹੁੱਕ ਨਹੀਂ ਕੁੰਡੀ ਬਣਾ ਕੇ ਪਾ ਦੀ ਠੀਕ ਹੈ ਉਰੇ ਬਾਥਰੂਮ ਕਰਨ ਨੂੰ ਆਵਦਾ ਚੂੜੀ ਵਾਲਾ ਪੈਪ ਲਾ ਦੀ ਭਵੇਂ ਹਨਾ ਝੁੱਗਾ ਬਣਾ ਦੀ ਇੱਕ ਪੈਰਾਂ 'ਚ ਕੀ ਪਾਏਗਾ ਹੈਂ ਪੈਰ ਤੇ ਮਾਰੂ ਤਾਂ ਪੈਰ ਵੀ ਮੈਂ ਉਹ ਬਣਾ ਲੂੰ ਟਾਇਰ ਲਵਾ ਲੂੰ ਪੈਰਾਂ ਤੇ ਪਰ ਐ ਦਿਖੂਗਾ ਤਾਂ ਹੈਗਾ ਪੈਰ ਨਾ ਉਹਦਾ ਵੀ ਐਵੇਂ ਰੇੜੀ ਨੰਗੀ ਲਵਾਉਂਦੀਆਂ ਐ ਹੋਇਆ ਕਰੂਗਾ ਅੱਛਾ ਸ਼ਾਇਰੀ ਖੇਡੇਗਾ ਹੈ ਇੱਥੇ ਟਾਇਰਾਂ ਇੱਥੇ ਮੇਰੇ ਬੂਟਾਂ ਤੇ ਟਾਇਰ ਲਾ ਦੀ ਉਹਨੂੰ ਐ ਪਤਾ ਲੱਗਿਆ ਕਰੇ ਵੀ ਰੇੜੀ ਨੰਗੀ ਤਾਂ ਗੋਹੇ ਵਾਲੀ ਰੇੜੀ ਗਈ ਆ ਉਰੋਂ ਦੀ ਹਾਂ ਪਤਾ ਨਹੀਂ ਲੱਗਣ ਦੇਣਾ ਆਪਾਂ ਸੱਪਣੀ ਨੂੰ ਠੀਕ ਲੱਗ ਜਾਣਗੇ ਹਾਂ ਭਾਈ ਬਣ ਕੇ ਕਿੱਦੇ ਤਿਆਰ ਕਰਦੇ ਆ ਨਾਪਾ ਕੇ ਮਾਂਗਰ ਟੱਕਣ ਲਵਾਏਗਾ ਓਏ ਦੋ ਦਿਨਾਂ ਚ ਬਣਾ ਲਾਂਗੇ ਹੈ ਹੈ ਓਏ ਹਾਂ ਮਾਂਗਰ ਟੱਕਣ ਲਵਾਏਗਾ ਮਾਂਗਰ ਆਪਦਾ ਮਾਂਗਰ ਵੀ ਕਬਜ਼ੇ ਲਵਾ ਦੂੰਗਾ ਪੈਂਟ ਖੁੱਲਦਾ ਕਰਾ ਲਈ ਠੀਕ ਆ ਭਾਈ ਕਦੇ ਕਦੋਂ ਤਿਆਰ ਕਰਦੇਗਾ ਬਣਾਦਾ ਇੱਕ ਦੋ ਦਿਨ ਭਾਈ ਅੱਜ ਬਣਾ ਦੇ ਹੱਥ ਨਹੀਂ ਮੈਨੂੰ ਬਾੜਾ ਔਖਾ ਹੁੰਦਾ ਬਾਈ ਠੀਕ ਹੈ ਮੈਂ ਤਾਂ ਕਦੇ ਫਿਰ ਵੀ ਨਹੀਂ ਸਕਦਾ ਘਰੀ ਪਿਆ ਮੈਂ ਤਾਂ ਉਹ ਚੰਗਾ ਬਣਾ ਦੇਣਗੇ ਬਣਾ ਦੇਣਗੇ ਹਾਂ ਠੀਕ ਆ ਬਾਈ ਫਿਰ ਨਾਪਾ ਬਾਈ ਪੁਰਾਣੇ ਕੱਪੜੇ ਦਾ ਬਣਾ ਦੇਣਗੇ ਹੁਣ ਨਾਪਾ ਦੱਸ ਕੀ ਲਊ ਨਾਪਾ ਬਾਈ ਬਸ ਠੀਕ ਆ ਚੰਗਾ ਹਰਮਣਾ ਚੱਲ ਠੀਕ ਆ ਤੂੰ ਤੇ ਆਏਗਾ ਖੇਤ ਉਹ ਬਸ ਤੂੰ ਤਾਂ ਨਾ ਕਹ ਯਾਰ ਹੱਥ ਬਣਾ ਲਾ ਯਾਰ ਰਾਹੁਲ ਕਹ ਯਾਰ ਚੱਗਾ ਹੁਣ ਡਰਦਾ ਹੋਰ ਭਾਈ ਬਣ ਕੇ ਯਾਰ ਸੱਤ ਕ ਦਿਨ ਯਾਰ ਰਾਹੁਲ ਕਹ ਚੱਲ ਰਾਹੁਲ ਕਹਦਾ ਕਰਾਂਗੇ ਚੰਗਾ ਚੰਗਾ ਬਾਈ ਬਿੰਦਰਾ ਪੈੜਾ ਮਟੇਗਾ ਬਾਈ ਹੋਰ ਬਾਈ ਆਪਦੀ ਬਚਾਇਆਗਾ ਉਹ ਖੇਤ ਆਏਗਾ ਤੂੰ ਤੇ ਕਿ ਨਾ ਹੋਏ ਯਾਰ ਤੂੰ ਦੁੱਖ ਦੁੱਖ ਹੋ ਜਾਂਦਾ ਯਾਰ ਆ ਉਹ ਯਾਰ ਚੰਗਾ ਹੋਏ ਰਾਹੁਲ ਕਹਿ ਰਿਹਾ ਚੱਲ ਰਾਹੁਲ ਭੁੱਲ ਗਿਆ ਦੀ ਤੇਰੇ ਤੇਰੀ ਮੰਮੀ ਦੇ ਸੌਂ ਯਾਰ ਜੇ ਹੁਣ ਮੈਨੂੰ ਤੂੰ ਹੋ ਕਿਹਾ ਚੰਗਾ ਹੋਏ ਚੰਗਾ ਹਾਂ ਉਹ ਰਹਿ ਤਾਂ ਨਹੀਂ ਗਈਆਂ ਕਿਤੇ ਹਰਮਨ ਨੂੰ ਨਾ ਕੁਛ ਨਹੀਂ ਰਿਹਾ ਦੱਸ ਦੀ ਬਾਈ ਬਣ ਕੇ ਕੁਛ ਨਹੀਂ ਰਿਹਾ ਉਹ ਮਿਸਤਰੀ ਤਾਂ ਸਾਡਾ ਡਰਾਇਆ ਹੋਇਆ ਇਹਦੇ ਪਿੱਛੇ ਲੱਗ ਕੇ ਲੋਹਾ ਨਾ ਖਰਾਬ ਕਰ ਲਈ ਠੀਕ ਹੈ ਫਿਰ ਨਾ ਬਣਾਈਏ ਕੋਈ ਕਾਣੂ ਪਕਾਈ ਮਾਰਦਾ ਤਾਂ ਗਾਲਾਂ ਖਾਊਗਾ ਨਾਲੇ ਕੋਈ ਪੈਸੇ ਨਹੀਂ ਦੇਣੇ ਨੇ ਤੇਲਾ ਨਹੀਂ ਦੇਣਾ ਹੈਗਾ ਤੁਹਾਨੂੰ ਲੱਗਦਾ ਨਹੀਂ ਹੈ ਇਹਦਾ ਸੀ ਡਰਾਇਆ ਤੀ ਇਹਨੇ ਸੱਪ ਕੁੱਟਤਾ ਮਾਂ ਸਾਲਾ ਸੱਪ ਮਰੂ ਤੈਨੂੰ ਅੱਛਾ ਇਹਦਾ ਡਰਾਇਆ ਹੋਇਆ ਬਣਾਇਓ ਨਾ ਜੀ ਫਿਰ ਆਪਾਂ ਬਣਾਉਂਦੇ ਲੋਹਾ ਖਰਾਬ ਕਰਾ ਦੂਗਾ ਤੁਹਾਡਾ ਖਰਾਬ ਕਰਨਾ ਹਾਂ ਠੀਕ ਹੈ ਨਾ ਬਸ ਇਹ ਆ ਗੇਟ ਵਾਲਾ ਕੰਮ ਨੇ ਮੇੜ ਦੇ ਇਹਦੇ ਪਿੱਛੇ ਤੁਹਾਨੂੰ ਲੱਗਦਾ ਪਰਸੋਂ ਲੈ ਜੀ ਹੈ ਪਰਸੋਂ ਤੱਕ ਕਰ ਦਾਂਗੇ ਬਾ ਠੀਕ ਹੈ ਜੀ ਫਿਰ ਮੈਂ ਪਰਸੋਂ ਹੀ ਆਉਂਗਾ ਠੀਕ ਹੈ ਬਈ ਠੀਕ ਹੈ ਜੀ ਆ ਜਾ ਕਿਆ ਹੋਏ ਠੀਕ ਹੈ ਹੈ ਠੀਕ ਹੈ ਲਿਆਤਾ ਸਮਾਨ ਹਾਂ
ਹੋਰ ਕਿੱਥੇ ਮੰਨਦਾ ਤਾਂ ਚੱਲ ਹੁਣ ਮਿੰਟ ਮਾਰ ਚੱਕ ਸਮਾਨ ਦੇਖਦਾ ਯਾਰ ਤੂੰ ਆ ਜਾ ਕਰ ਚੱਲੋ ਚੱਲੋ ਕਰ ਲਿਆ ਆ ਜਾ ਚੱਲਾ ਕਰ ਸਮਾਨ ਕੁਛ ਸਮਾਨ ਤੋਰ ਲਿਆ ਬਚ ਨਹੀਂ ਦਿਓ ਲੈ ਕਰ ਲੱਕੜਾਂ ਸਿੜ ਦੇ ਮੈਨੂੰ ਨਾਲੇ ਬਣਾ ਲੈ ਗਾਰਾ ਲਾਉਣ ਟੱਲ ਤੂੰ ਹੈ ਮੈਂ ਅੱਗ ਮਚਾਉਣਾ ਭਾਗੂਆ ਏ ਰੱਖ ਦੇ ਮੇਰਾ ਵੀਰ ਰੱਖ ਰੱਖ ਦੇ ਮੇਰਾ ਵੀਰ ਲੱਕੜ ਰੱਖ ਦੇ ਨਾ ਨਾ ਚੱਲਣਾ ਆਪਕਾ ਰੱਖ ਲੈ ਚੱਕ ਦੋ ਸਮਾਨ ਚੱਕ ਦੋ ਮੇਰੇ ਸਾਲੇ ਦੀ ਸੀ ਆਈ ਡੀ ਹੋ ਗਈ ਮੈਂ ਚੁਗੀ ਥਾਂ ਥਾਂ ਤੇ ਪੁਲਿਸ ਫਿਰਦੀ ਆ ਪਿੰਡ 'ਚ ਡਿਪਟੀ ਆਪ ਖੜਾ ਹੈ ਮੇਰੇ ਸਾਲੀ ਪਤਾ ਨਹੀਂ ਕਿਵੇਂ ਆਪਣੇ ਪਿੰਡ 'ਚ ਕੰਜਰ ਦੇ ਆ ਪਿੰਡ 'ਚੋਂ ਆਇਆ ਮੈਂ ਸਾਰਾ ਪਿੰਡ ਪੁਲਿਸ ਨੇ ਘੇਰ ਰੱਖਿਆ ਜਿਵੇਂ ਕੋਈ ਅੱਤਵਾਦੀ ਹੁੰਦਾ ਪਿੰਡ 'ਚ ਹੈ ਸੀ ਆਈ ਡੀ ਹੋ ਗਈ ਮੈਨੂੰ ਐਂ ਲੱਗਦਾ ਤੂੰ ਤੇਨੇ ਚਾਵਲ ਮਾਰਤੀ ਕਿਸੇ ਕੋਲੇ ਤੂੰ ਤੈਨੂੰ ਕਹਤਾ ਦਿੱਤਾ ਉਹਦੇ ਉਰੀ ਦਾ ਖੜਾ ਸੀ ਦੱਸ ਦੇ ਓਏ ਇਹ ਤਾਂ ਯਾਰ ਉਹਨਾਂ ਦੇ ਗੱਬਰ ਕੇ ਭੋਗ ਆ ਕੱਲ ਨੂੰ ਮੈਨੂੰ ਲੱਗਦਾ ਉਹਦੇ ਕਰਕੇ ਪੁਲਿਸ ਕਿਸੇ ਨੇ ਮੰਤਰੀ ਨੇ ਆਉਣਾ ਸੀ ਉਹਨਾਂ ਦੇ ਬਈ ਆਪਾਂ ਕਿਉਂ ਰਖ ਲਈ ਹੋ ਦੇਖ ਆਪਾਂ ਕਿਉਂ ਰਖ ਲਈ ਇਹ ਭਾਗੂਆ ਮੇਰੀ ਗੱਲ ਸੁਣ ਹਾਂ ਆਪਾਂ ਅੰਦਰ ਕੱਢ ਲੈਣ ਆਪਾਂ ਨੂੰ ਕਿਹੜਾ ਬਲਾਉਂਦਾ ਚਲਾਉਂਦਾ ਇੱਥੇ ਕੋਈ ਮਰੇ ਸਾਡੀ ਸਿੱਧੀ ਅੰਦਰ ਆਉਂਦੀ ਐ ਪੁਲਿਸ ਬੈਠੀਆਂ ਫੋਟੋਆਂ ਦੀ ਐ ਮਾਸਕੋ ਆ ਜਾਊਗੀ ਸਮਾਨ ਥੋੜਾ ਪਾਇਆ ਮਰੇ ਯਾਰ ਕੈਸੀਆਂ ਗੱਲਾਂ ਕਰਦਾ ਤੂੰ ਯਾਰ ਜੀਲੇ ਕਿਵੇਂ ਕਰੀਏ ਫਿਰ ਹੁਣ ਮੇਰੀ ਸੁਣ ਗੱਲ ਰਖ ਨਹੀਂ ਜਾਂਦੇ ਸਮਾਨ ਚੱਕੋ ਲੁਕੋ ਕੱਲ ਨੂੰ ਕਰਦੇ ਆ ਚੱਲ ਪੱਟ ਦੇ ਫਿਰ ਯਾਰ ਹੋਰ ਕੱਲ ਨੂੰ ਪਖਾਉਣਾ ਮੇਰਾ ਵੀਰ ਕੰਜਰ ਦੇ ਆ ਕਹਾਂਗੇ ਖੋਆ ਕੱਢਿਆ ਦੀ ਪਿਆ ਰਹਿਣ ਦੇ ਪਈਆ ਰਹਿਣ ਦੇ ਮੇਰਾ ਵੀਰ ਪਈਆ ਰਹਿਣ ਦੇ ਕਾਹਦੇ ਵਾਸਤੇ ਦੱਸ ਵੇ ਚੁੱਲ੍ਹਾ ਬਣਾਉਂਦਾ ਫਰੇਗਾ ਮੇਰੀ ਸੁਣ ਗੱਲ ਭਾਗੂਆ ਆਪਾਂ ਚੱਲਦੇ ਆ ਖੇਤ ਐਡੀ ਬੋਤਲ ਪਈ ਆ ਪੀ ਕੇ ਘੋੜ ਘੋੜ ਉੱਤੀ ਲਿਟ ਜਾ ਗਿਆ ਮੋਸ਼ਨ ਬਣਾਉਣੇ ਆ ਹੈ ਆਜਾ ਆਹਾ ਤੁਸੀਂ ਚਲੋ ਫਿਰ ਹੈ ਤੁਸੀਂ ਜਾਓ ਫਿਰ ਮਕਾ ਨਾਲੇ ਕੰਡਾ ਵੱਢਣਾ ਨਾਲੇ ਮੈਂ ਦੇਖ ਲੈਣਾ ਨਿਗਾ ਰੱਖ ਲੈਣਾ ਦਾਲ ਦੂਲ ਪਈ ਆ ਘਰੇ ਦਾਲ ਦੂਲ ਨਹੀਂ ਤਾਂ ਸੰਗਮਲ ਪੱਟ ਲਈ ਮੂਲੀਆਂ ਪੱਟ ਲਈ ਆ ਮੂਲੀ ਪੱਟ ਲਾਂਗੇ ਤਣੀਆਂ ਚੱਬ ਨਹੀਂ ਮੜਿਆ ਗੌਰ ਰੱਖੀ ਇੱਧਰ ਉੱਧਰ ਮੈਂ ਜਾ ਮੇਰੀ ਨਿਗਾ ਹੀ ਆ ਤੁਸੀਂ ਭੱਗ ਜਾਓ ਹੈ ਚੱਲੀ ਓਏ ਇੱਕ ਦਾ ਪੱਲਾ ਤੂੰ ਭਾਗੂ ਇੱਥੇ ਲਵਾ ਕੋਈ ਪੱਲੜ ਤੈਨੂੰ ਦੱਸਾਂ ਮੈਂ ਓਏ ਆ ਜਾ ਪਰਦਾ ਜ਼ਰੂਰੀ ਐ ਪਰਦਾ ਜ਼ਰੂਰੀ ਐ ਹੈ ਨਾਰ ਤੇ ਘਰ ਬਾਰ ਦਾ ਪਰਦਾ ਜ਼ਰੂਰੀ ਆ ਮੇਰਾ ਵੀਰ ਖੁੱਲ ਬਾੜਾ ਕਰ ਬਾਹਰ ਖੋਲ ਦੀ ਕੁੰਡਾ ਖੋਲ ਦੀ ਮੈਂ ਕੁੰਡਾ ਲਾਇਆ ਸੀ ਹੋਰ ਆ ਮੇਰਾ ਸਾਲਾ ਬਾਉਲਾ ਲੈਕਚਰ ਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਸਾਗ ਕਿਹੜਾ ਇਹਨਾਂ ਚੋਂ ਆਹੀ ਸਾਗ ਹੈ ਜਿਹੜਾ ਮੈਂ ਤੋੜੀ ਜਾਂਦੀ ਹਾਂ ਦੇਖ ਕੱਚੀਆਂ ਕੱਚੀਆਂ ਗੰਦਲਾਂ ਦੀਆਂ ਇਹ ਤੋੜ ਦੱਸ ਮੈਨੂੰ ਤਾਂ ਪਤਾ ਹੀ ਨਹੀਂ ਚੱਲਦਾ ਬਸ ਤੁਸੀਂ ਤਾਂ ਉਹੀ ਰਹਿ ਗਏ ਨਾ ਫਿਰ ਸ਼ਹਿਰਾਂ ਵਾਲੇ ਤੁਹਾਨੂੰ ਤਾਂ ਕਾਸੇ ਦਾ ਨਹੀਂ ਪਤਾ ਹੈਗਾ ਆ ਸਾਡੇ ਵਰਗਿਆਂ ਨੂੰ ਕਹਿ ਦਿੰਦੇ ਆ ਅਨਪੜ੍ਹ ਹੈ ਪਿੰਡਾਂ ਵਾਲੇ ਆ ਸਾਡੇ ਕਰਕੇ ਤੁਸੀਂ ਸਾਗ ਖਾਂਦੇ ਅੰਦਰ ਵੜਬੜ ਨਹੀਂ ਤੁਹਾਨੂੰ ਭੋਰਾ ਪਤਾ ਨਹੀਂ ਕਾਸੇ ਦਾ ਸਾਡੇ ਕਰਕੇ ਬੱਚੇ ਬੈਠੇ ਆ ਤੁਸੀਂ ਮੈਨੂੰ ਕੱਚ ਦੇ ਗਲਾਸ ਵਿੱਚੋਂ ਤੂੰ ਦਿਸਦੀ ਜਦੋਂ ਤੀਜਾ ਚੌਥਾ ਪੈਗ ਲਾਈਦਾ ਅਗੂਆ ਆਹ ਆਹ ਬੈਠੀ ਆ ਮਰੇ ਸਲੇ ਦੀ ਮੇਰੇ ਸਾਲ ਦਾ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਵੀ ਆਹ ਪ੍ਰਪੋਜ ਕਿਹਨੂੰ ਕਹਿੰਦੇ ਨੇ ਭਾਵੇਂ ਕਿਹਨੂੰ ਕਹੀ ਨਾ ਆਉਂਦਾ ਪ੍ਰਪੋਜ ਹੈ ਗਲਤ ਮਤਲਬ ਇਹਦਾ ਦਾ ਕੰਜਰ ਦਾ ਇਹ ਤਾਂ ਪ੍ਰਪੋਜ ਉਦੋਂ ਕਹਿੰਦੇ ਹੁੰਦੇ ਨੇ ਕਹਿੰਦੇ ਜਦੋਂ ਜਨਾਨੀ ਨੂੰ ਦੂਜਾ ਤੀਜਾ ਮਹੀਨਾ ਲੱਗਿਆ ਹੁੰਦਾ ਉਹ ਕਹਿੰਦੇ ਉਦੋਂ ਬੰਦੇ ਕਹਿੰਦੇ ਨੇ ਪ੍ਰਪੋਜ ਹੋਰ ਕੰਜਰ ਮਲਾਗਾ ਸਿੱਤਣ ਲਾਉਣੀ ਦੀ ਉਹਨਾਂ ਨੇ ਭਾਗੂਆ ਹੋਰ ਇਹ ਕਹੂਗਾ ਦੀ ਮਿੱਤ ਦਾ ਕੰਜਰ ਹੱਕ ਬਣਦਾ ਦੀ ਮੇਰਾ ਹੱਕ ਬਣਦਾ ਦੀ ਸਿੱਤਰ ਖਾਣ ਦਾ ਪਰ ਦੇਖ ਲਾ ਕਹਿੰਦੇ ਹੁੰਦੇ ਕਹਿੰਦੇ ਤੇਰੇ ਆਈ ਮੈਂ ਮਰ ਜਾ ਤੇਰੇ ਆਈ ਮੈਂ ਮਰ ਗਿਆ ਕੰਜਰ ਦੇ ਆ ਮੈਨੂੰ ਪਾਲਿਆ ਮੂਧਾ ਉਹਨਾਂ ਨੇ ਕਹਿੰਦੇ ਕੋਈ ਨਾ ਯਾਰੀਆਂ 'ਚ ਵਾਧੇ ਘਾਟੇ ਚੱਲਦੇ ਨੇ ਲੱਕੜ ਦਾ ਮਰਦੀ ਭੱਜ ਲੈ ਮੈਨੂੰ ਸਮਝ ਨਹੀਂ ਆਈ ਮੈਨੂੰ ਸਮਝ ਨਹੀਂ ਆਈ ਕੰਜਰ ਦੇ ਕਿਉਂ ਐਂ ਕਹਿੰਦਾ ਮੈਂ ਤਾਂ ਮੈਂ ਆਪੇ ਮਿਲਾ ਲਓ ਲੋਹੜੀ ਮੈਂ ਬਹਿ ਗਿਆ ਉਸੇ ਹੈਂ ਇਹ ਪੈਰ ਨੂੰ ਤੈਨੂੰ ਇੱਕ ਸੀ ਭਾਗੂਆ ਇਹ ਬਿੱਲੀ ਜੀ ਮਰਵਾਊ ਤੈਨੂੰ ਮੈਂ ਜਿੱਥੇ ਜਾਂਦਾ ਪਿੱਛੇ ਆ ਜਾਂਦੀ ਆ ਸਵੇਰੇ ਜੰਗਲ ਪਾਣੀ ਬੈਠੇ ਮੂਰਦੀ ਲੰਘੀ ਤੂੰ ਦੁੱਧ ਬਹੁਲਾ ਤੂੰ ਦੁੱਧ
जलूस कढ़ाता हूं ना दोबारा मेरा जलूस कढ़ा दी मेरे मेरे शरीर च नहीं है प्राण तेन दसा मैं मेरी गल कंजरदा जमा दिली दी बैठी है कल मेरा सड़िया माड़ी जी हिम्मत मारी कंजरदा बगानी जमीन च है हैं जगर की जमीन चाह बन दिया हो ना पहले भी मरा का डांगो डांगी था होए थे उन्हें ना पहले मरा भी जगर खड़के मातू पंजरदा कार दाद किया बैठा रहा मरला संगल मोने पहन के तेरे पास गोदा बस सोबार हूँ ता जन्ना मेरी गल सुना हाँ जी हे फिर अपने बहाने चाह गया फिर तब ला सकते अपन फिर तो मुड़ा ने चक ली की चक्कर बगाने बहन चाह ओए नहीं करना अपा नहीं कहते भाई हो हाँ जिदा बट दे लवे लागी बट दे लवे लागी हे हे अगवा हे आ तेरी भैन दी तेरी दी टपूगी आओ टपगी हाँ आओ टपगी अकला हाँ अकला 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 ही पैरी अकला भैन दिया चकली होना।